ਇਹ ਤਾਲੇਬਾਨੀ ਸੋਚ ਨੂੰ ਚਾਹੀਦਾ ਹੈ ਅਤੇ ਪਹਿਲਾਂ ਜਿਹੜੇ ਵੱਡੇ ਵੱਡੇ ਲੀਡਰ ਆ ਉਹਨਾਂ ਦੇ ਨਜਾਇਜ਼ ਕਬਜ਼ੇ ਦੌਰਾਨ, ਪਹਿਲਾਂ ਅਫਸਰਾਂ ਦੇ ਦੌਰਾਨ, ਪੰਚਾਇਤਾਂ ਦੀ ਜ਼ਮੀਨਾਂ ਜਿਹੜੇ ਵੱਡੇ ਵੱਡੇ ਲੋਕਾਂ ਕੋਲ ਉਹ ਦੌੜਾਉਣ। ਕੁਛ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹੀ ਜ਼ਿਲ੍ਹੇ ਤੋਂ ਬਗਾਵਤੀ ਸੁਰਾਂ ਉੱਠੀਆਂ ਸਨ, ਪਰ ਹੁਣ ਬਟਾਲਾ ਤੋਂ ਕਾਂਗਰਸੀ ਲੀਡਰ ਅਸ਼ਵਨੀ ਸੇਖੜੀ ਨੇ ਆਪਣੀ ਹੀ ਸਰਕਾਰ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ, ਜਿਸ ਦੇ ਚੱਲਦਿਆਂ ਉਹਨਾਂ ਨੇ ਬਟਾਲਾ ਦੇ ਵਿਕਾਸ ਕਾਰਜਾਂ 'ਚ ਮੰਤਰੀ ਦੇ ਦਖਲ ਦੇਣ ਕਰਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖਿਲਾਫ਼ ਅੱਜ ਬਟਾਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਨੇ ਆਪਣੀ ਸਰਕਾਰ ਦੇ ਖਿਲਾਫ਼ ਬੋਲਦਿਆਂ ਕਿਹਾ ਹੈ ਕਿ ਇਹ ਇੱਕ ਤਾਲਿਬਾਨੀ ਸੋਚ ਹੈ। ਉੱਧਰ ਪੰਜਾਬ ਸਰਕਾਰ ਵੱਲੋਂ ਬੇਰਿੰਗ ਕਾਲਜ ਦੇ ਖੇਡ ਮੈਦਾਨ ਵਿੱਚੋਂ ਰਸਤਾ ਕੱਢਣ ਨੂੰ ਲੈ ਕੇ ਅੱਜ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੀ ਪੰਜਾਬ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਅਧਿਆਪਕਾਂ ਨੇ ਵੀ ਇਸ ਧਰਨਾ ਪ੍ਰਦਰਸ਼ਨ 'ਚ ਵਿਸ਼ੇਸ਼ ਤੌਰ 'ਤੇ ਹਿੱਸਾ ਵੀ ਲਿਆ ਹੈ। ਉਹਨਾਂ ਕਿਹਾ ਕਿ ਬੇਰਿੰਗ ਕਾਲਜ ਦੀ ਜ਼ਮੀਨ ਦੇ ਨਾਲ ਉਹ ਧੱਕਾ ਨਹੀਂ ਹੋਣ ਦੇਣਗੇ। ਬੇਰਿੰਗ ਕਾਲਜ ਦੇ ਉੱਤੇ ਕੱਲ੍ਹ 100 ਤੋਂ ਵੱਧ ਲੋਕ ਐਡਮਿਨਿਸਟ੍ਰੇਸ਼ਨ ਦੀ ਛਤਰਛਾਹ 'ਚ ਆਏ ਅਤੇ ਆ ਕੇ ਇੱਥੇ ਉਹਨਾਂ ਨੇ ਸੜਕਾਂ ਦੀ ਬੇਨਤੀ ਕਰਨੀ ਸ਼ੁਰੂ ਕਰਤੀ। ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ, ਬੇਰਿੰਗ ਕਾਲਜ ਦੇ ਚਾਰ ਦੁਆਰੀ 'ਤੇ ਇੱਦਾਂ ਹੀ ਨਜ਼ਰ ਆ ਰਹੀ ਹੈ। 40-45 ਸਾਲ ਮੇਰੀ ਹੋਸ਼ ਦੇ ਵਿੱਚ ਇਸ ਤਰ੍ਹਾਂ ਹੀ ਬੇਰਿੰਗ ਕਾਲਜ ਹੈ, 100 ਸਾਲ ਦਾ ਪੁਰਾਣਾ ਕਾਲਜ ਹੈ। ਔਰ ਇੱਥੋਂ ਦੇ ਪ੍ਰਿੰਸੀਪਲ ਸਟਾਫ ਨੇ ਕੱਲ੍ਹ ਉਹਨਾਂ ਨੂੰ ਥੋੜ੍ਹਾ ਪ੍ਰੋਟੈਸਟ ਕੀਤਾ ਅਤੇ ਚਲੇ ਗਏ, ਔਰ ਇੱਥੋਂ ਦੀ ਜਗ੍ਹਾ 'ਤੇ ਆਉਣਾ ਚਾਹੁੰਦੇ ਸੀ। ਅੱਜ ਪੂਰੇ ਵਿਦਿਆਰਥੀ ਔਰ ਕਾਲਜ ਦੀ ਐਡਮਿਨਿਸਟ੍ਰੇਸ਼ਨ ਸਾਰੀ ਇੱਥੇ ਧਰਨੇ 'ਤੇ ਬੈਠੀ, ਕਿਉਂਕਿ ਮੈਂ ਇਸ ਕਾਲਜ ਦਾ ਵਿਦਿਆਰਥੀ ਰਿਹਾ, ਇਸ ਲਈ ਮੈਂ ਆ ਕੇ ਨਾਲ ਇਹਨਾਂ ਦਾ ਸੋਲੀਡੈਰਿਟੀ ਜੁਆਇਨ ਕਰ ਰਿਹਾ, ਸ਼ੋਅ ਕਰ ਰਿਹਾ ਸੀ, ਨਾਲ ਖਲੋਤੇ ਇਹਨਾਂ ਦੇ ਬੇਰਿੰਗ ਕਾਲਜ ਦੇ। ਤਾਲਿਬਾਨੀ ਸੋਚ ਹੈ ਜਿਹੜੀ ਇੱਥੇ ਆਪਣਾ ਕਾਲਜਾਂ ਨੂੰ ਡਿਸਟਰਬ ਕਰਨਾ ਚਾਹੁੰਦੀ ਹੈ। ਮਨੋਰਟੀ ਹੈ, ਮਸੀਹ ਭਾਈਚਾਰੇ ਦਾ ਕਾਲਜ ਹੈ, ਔਰ ਪੂਰੇ ਦੇ ਪੂਰੇ ਬਾਰਡਰ ਜ਼ਿਲ੍ਹਿਆਂ 'ਚ ਇਸ ਚੀਜ਼ ਦਾ ਰੋਸ ਪਾਇਆ ਜਾ ਰਿਹਾ। ਜੇ ਨਜਾਇਜ਼ ਕਬਜ਼ੇ ਤੋੜਨਾ ਚਾਹੁੰਦੇ ਨੇ, ਇਹ ਤਾਲਿਬਾਨੀ ਸੋਚ ਨੂੰ ਚਾਹੀਦਾ ਹੈ ਅਤੇ ਪਹਿਲਾਂ ਜਿਹੜੇ ਵੱਡੇ ਵੱਡੇ ਲੀਡਰ ਆ ਉਹਨਾਂ ਦੇ ਨਜਾਇਜ਼ ਕਬਜ਼ੇ ਤੋੜਾਉਣ, ਪਹਿਲਾਂ ਅਫਸਰਾਂ ਦੇ ਦੌੜਾਉਣ, ਪੰਚਾਇਤਾਂ ਦੀ ਜ਼ਮੀਨਾਂ ਜਿਹੜੇ ਵੱਡੇ ਵੱਡੇ ਲੋਕਾਂ ਕੋਲ ਉਹ ਦੌੜਾਉਣ। ਸਕੂਲਾਂ ਕਾਲਜਾਂ ਨੂੰ ਕਿਹਨੂੰ ਡਿਸਟਰਬ ਕਰਦੇ ਨੇ? ਵਿਦਿਆਰਥੀਆਂ ਦੇ ਭੁੱਖ ਨਾਲ ਨਹੀਂ ਖੇਡਣਾ ਚਾਹੀਦਾ। ਅਸੀਂ ਲੋਕ ਨਾਲ ਹੈ, ਪੂਰੀ ਸਾਡੀ ਬਟਾਲੇ ਦੀ ਕਾਂਗਰਸ ਬੇਰਿੰਗ ਕਾਲਜ ਦੇ ਨਾਲ ਖੋਲ੍ਹ ਨਹੀਂ। ਐਡਮਿਨਿਸਟ੍ਰੇਸ਼ਨ ਜਿਹੜੀ ਆਈ ਹੈ ਉਹਨਾਂ ਨੂੰ ਪਹਿਲਾਂ ਨੋਟਿਸ ਦੇਣਾ ਚਾਹੀਦਾ, ਨੋਟਿਸ ਦਿੱਤਾ ਨਹੀਂ ਉਹਨਾਂ ਨੇ। ਕੋਈ ਕਾਨੂੰਨ ਆ ਦੇਸ਼ ਦੇ ਵਿੱਚ, ਪਹਿਲਾਂ ਨੋਟਿਸ ਦੇਣ, ਉਹਦਾ ਜਵਾਬ ਜਾਏਗਾ, ਫਿਰ ਕੋਰਟ ਕਚਹਿਰੀ ਫੈਸਲਾ ਕਰੇਗੀ ਕਿ ਇਹ ਲੋਕ ਕੌਣ ਨੇ ਫੈਸਲਾ ਕਰਨ ਵਾਲੇ। ਇਹਨਾਂ ਦੀ ਕੋਈ ਪਲੀ ਆ, ਲਿਖ ਕੇ ਨੋਟਿਸ ਭੇਜਣ, ਕਾਲਜ ਜਵਾਬ ਦੇ ਦੇਗਾ ਉਹਨਾਂ ਨੂੰ। ਧੱਕਾ ਨਹੀਂ ਹੋਣ ਦੇਣਾ, ਬਟਾਲੇ 'ਚ ਧੱਕਾ ਕੋਈ ਨਹੀਂ ਕਰ ਸਕਦਾ। ਸਰ, ਇਸ ਤਰ੍ਹਾਂ ਹੈ ਕਿ ਜਿਹੜਾ ਲੋਕਲ ਪ੍ਰਸ਼ਾਸਨ ਹੈ ਬਟਾਲੇ ਦਾ, ਉਹ ਕੱਲ੍ਹ ਨਜਾਇਜ਼ ਕਬਜ਼ਾ ਕਰਨ ਆ ਗਿਆ ਬੇਰਿੰਗ ਕਾਲਜ 'ਤੇ, ਕਹਿੰਦੇ ਵਿੱਚੋਂ ਸੜਕ ਕੱਢਣੀ ਹੈ, ਨਿਸ਼ਾਨਦੇਹੀ ਕਰਨੀ ਹੈ। ਔਰ ਕਹਿੰਦਾ ਉਹਨਾਂ ਨੇ ਕੋਈ ਜਿਹੜਾ 5-10 ਦਿਨ ਪਹਿਲਾਂ ਕੋਈ ਨੋਟਿਸ ਦੇਣਾ ਹੁੰਦਾ ਤਾਂ ਕਿ ਕਾਲਜ ਮੈਨੇਜਮੈਂਟ ਆਪਣਾ ਵਿਚਾਰ ਰੱਖੇ, ਉਹ ਨਹੀਂ ਦਿੱਤਾ। ਮੋਰ ਓਵਰ, ਬਟਾਲਵੀ ਆਡੀਟੋਰੀਅਮ ਅੱਜ ਤੋਂ 25-30 ਸਾਲ ਪਹਿਲਾਂ ਉਹਦਾ ਕੈਂਪਸ, ਉਹ ਜਗ੍ਹਾ ਸੀ, ਕਾਲਜ ਬਹੁਤ ਪਹਿਲਾਂ ਦੇ ਚੁੱਕਾ, ਲੇਕਿਨ ਹੁਣ ਚਾਹੁੰਦੇ ਆ ਵੀ ਉਹ ਜਗ੍ਹਾ ਵੀ ਇਹਨਾਂ ਦੀ ਹੋ ਜਾਵੇ ਅਤੇ ਵਿੱਚੋਂ ਨਜਾਇਜ਼ ਸੜਕ ਕੱਢ ਲੈਣ। ਉਸ ਦੇ ਵਿਰੁੱਧ ਜਿਹੜੇ ਸੀ ਸਟੂਡੈਂਟ, ਸਟਾਫ, ਵਿਦਿਆਰਥੀ ਅਤੇ ਮੈਨੇਜਮੈਂਟ ਅਤੇ ਲੋਕਲ ਜਿਹੜੇ ਸਾਡੇ ਪੋਲੀਟੀਕਲ ਨੁਮਾਇੰਦੇ ਹੈ, ਉਹਨਾਂ ਨੇ ਧਰਨਾ ਦਿੱਤਾ। ਆਜ਼ਾਦੀ ਤੋਂ ਪਹਿਲਾਂ ਤੋਂ ਇਹੀ ਬੇਰਿੰਗ ਕਾਲਜ ਦਾ ਕੈਂਪਸ ਰਿਹਾ, ਔਰ ਸਰਕਾਰ ਨੇ 25-30 ਸਾਲ ਪਹਿਲਾਂ ਜਿਹੜਾ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਹੈ, ਉਹ ਜਗ੍ਹਾ ਐਸੇ ਐਵਜ਼ 'ਚ ਰਹੀ ਸੀ ਵੀ ਜਿਹੜਾ ਇੱਥੇ ਰਸਤਾ ਸੀ। ਸੋ ਇਹ ਜਿਹੜਾ ਵਿੱਦਿਅਕ ਅਦਾਰਾ ਹੈ, ਇਹਦੇ 'ਤੇ ਅਟੈਕ ਹੈ। ਅਗਰ ਪ੍ਰਸ਼ਾਸਨ ਆਪਣੀ ਮਨਮਰਜ਼ੀ ਕਰਦਾ ਤਾਂ ਕੀ ਕਦਮ ਰਹੇਗਾ? ਜੇ ਪ੍ਰਸ਼ਾਸਨ ਮਨਮਰਜ਼ੀ ਕਰਦਾ ਤਾਂ ਸਾਡਾ ਅੰਦੋਲਨ ਜਿਹੜਾ ਹੈ ਹੋਰ ਸਰਗਰਮੀ ਨਾਲ ਲੜਿਆ ਜਾਏਗਾ। ਬਟਾਲਾ ਤੋਂ ਸੁਖਬੀਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।